ਦੋਸਤੋ, ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲੈਣਾ ਅਤੇ ਸਾਡੀਆਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਦੇ ਲਈ ਬੈਲ ਆਈਕਨ ਦਬਾਉਣਾ ਨਾ ਭੁੱਲਣਾ। ਕਿਰਨਾਂ ਨੇ ਚੈਟ ਕਰਦੀ ਨੇ ਫੋਨ ਮੰਜੇ 'ਤੇ ਰੱਖ ਦਿੱਤਾ ਅਤੇ ਪੀਣ ਲਈ ਪਾਣੀ ਦਾ ਗਲਾਸ ਲੈਣ ਚਲੀ ਗਈ। ਮੈਸੇਜ ਦੀ ਘੰਟੀ ਵਾਰ ਵਾਰ ਵੱਜ ਰਹੀ ਸੀ ਅਤੇ ਉਹਦੀ ਮਾਂ ਨੇ ਹਾਕ ਮਾਰੀ, ਨੀ ਕਿਰਨਾਂ ਤੇਰਾ ਫੋਨ ਆਈ ਜਾਂਦਾ। ਕਿਰਨਾਂ ਭੱਜ ਕੇ ਫੋਨ ਵੱਲ ਆਈ ਅਤੇ ਫੋਨ ਚੈੱਕ ਕਰਦੀ ਬੋਲੀ, ਕੋਈ ਨਹੀਂ ਫੋਨ ਫਾਨ ਆਇਆ, ਇਹ ਤਾਂ ਮੈਸੇਜ ਦੀ ਟਨਟਨ ਹੈ। ਮਾਂ ਨੇ ਗਾਜਰਾਂ ਛਿਲਦੀ ਨੇ ਕਿਹਾ, ਪੁੱਤ ਮੈਨੂੰ ਤਾਂ ਕੀ ਹਿਸਾਬ ਆ, ਨਾ ਚਲਾਉਣਾ ਆਉਂਦਾ, ਮੈਨੂੰ ਸੀ ਕੋਈ ਜ਼ਰੂਰੀ ਫੋਨ ਨਾ ਹੋਵੇ ਤੇਰੇ ਕਾਲਜ 'ਚੋਂ। ਉਹ ਮਾਂ ਦੀ ਗੱਲ ਅਣਸੁਣੀ ਕਰ ਫਿਰ ਚੈਟ ਕਰਨ ਬੈਠ ਗਈ ਅਤੇ ਟੇਢੀ ਅੱਖ ਨਾਲ ਮਾਂ ਵੱਲ ਵੇਖ ਰਹੀ ਸੀ ਕਿ ਕਿਤੇ ਮੇਰਾ ਫੋਨ ਤਾਂ ਨਹੀਂ ਵੇਖ ਰਹੀ। ਮਾਂ ਦਾ ਧਿਆਨ ਕਦੇ ਕਦੇ ਕਿਰਨਾਂ ਦੇ ਅੱਖਾਂ ਦੇ ਦੁਆਲੇ ਹੋਏ ਕਾਲੇ ਘੇਰਿਆਂ 'ਤੇ ਜਾਂਦਾ ਅਤੇ ਆਲੂ ਛਿੱਲਣ ਵੇਲੇ ਉਹਨੇ ਕਿਰਨਾਂ ਨੂੰ ਸਹਿ ਸੁਭਾਏ ਦੋ ਫਾੜੀਆਂ ਦੇ ਕੇ ਕਿਹਾ, ਨੀ ਕਿਰਨਾਂ ਕੁੜਿਆ ਆਲੂ ਅੱਖਾਂ ਦੇ ਮਲਣਾ ਨਹੀਂ, ਇਹ ਘੇਰੇ ਜੇ ਹਟ ਜਾਣਗੇ। ਮੇਰੀ ਨਾਨੀ ਬੁਲਾ ਨੁਸਖੇ ਦੱਸਦੀ ਹੁੰਦੀ ਸੀ, ਫੋਨ 'ਤੇ ਸਾਰਾ ਦਿਨ ਮੱਥਾ ਮਾਰਨ ਨਾਲ ਵੀ ਇਹ ਕੂੜੇ ਹੋ ਜਾਂਦੇ ਅੱਖਾਂ ਦੇ ਘੇਰੇ। ਕਿਰਨਾਂ ਨੇ ਫੋਨ ਤੋਂ ਧਿਆਨ ਹਟਾ ਮਾਂ ਦੇ ਚਿਹਰੇ ਵੱਲ ਦੇਖਿਆ ਅਤੇ ਉਲਟਾ ਜਵਾਬ ਦਿੱਤਾ, ਚੱਲ ਮੇਰੇ ਤਾਂ ਫੋਨ ਨਾਲ ਹੋ ਗਏ, ਮਾਂ ਭਲਾ ਤੇਰੇ ਕਾਹਦੇ ਨਾਲ ਹੋ ਗਏ, ਉਈ ਨਾ ਫੋਨ ਪਿੱਛੇ ਪੈ ਜਾਇਆ ਕਰ। ਮਾਂ ਬਿਨਾਂ ਜਵਾਬ ਦਿੱਤੇ ਕੱਟੀ ਸਬਜ਼ੀ ਵਾਲਾ ਛਿੱਕੂ ਚੁੱਕ ਰਸੋਈ ਵੱਲ ਚਲੀ ਗਈ ਅਤੇ ਕਿਰਨਾਂ ਫਿਰ ਤੋਂ ਫੋਨ ਨਾਲ ਜੁੜ ਗਈ। ਮਾਂ ਆਪਦੀ ਧੀ ਕਿਰਨਾਂ ਨੂੰ ਨਹੀਂ ਸੀ ਦੱਸਣਾ ਚਾਹੁੰਦੀ ਕਿ ਬਿਨ ਮਾਂ ਪਿਓ ਦੇ ਮੈਂ ਵੱਡੀ ਹੋਈ ਹਾਂ, ਪੇਕੇ ਘਰ ਮਤਰੇਈ ਮਾਂ ਅੱਗੇ ਰੋ ਰੋ ਅੱਖਾਂ ਗਾਲ ਲਈਆਂ, ਗਾਂ ਸਹੁਰੇ ਆਈ ਤਾਂ ਜਵਾਨ ਪੁੱਤ ਦੇ ਸਿਵੇ ਦੀ ਅੱਗ ਮੇਰੇ ਅੱਖਾਂ ਦੇ ਕੋਏ ਸਾੜ ਗਈ ਅਤੇ ਜਵਾਨੀ ਵੇਲੇ ਸ਼ੀਸ਼ਾ ਵਿਓ ਲੱਗਣ ਲੱਗ ਗਿਆ ਸੀ ਅਤੇ ਹੁਣ ਤਾਂ ਕਦੀ ਸ਼ੀਸ਼ਾ ਵੇਖਣ ਦੀ ਵਿਹਲ ਵੀ ਨਹੀਂ ਹੁੰਦੀ। ਅੱਖਾਂ ਦੇ ਕਾਲੇ ਘੇਰੇ ਕਿਤੇ ਮੇਰੀ ਧੀ ਲਈ ਗ੍ਰਹਿਣ ਨਾ ਬਣ ਜਾਣ। ਉਹ ਦਿਲ 'ਚ ਕਿੰਨਾ ਕੁਝ ਘੁੱਟ ਸਬਜ਼ੀ ਤਾਂ ਰਾਤ ਦੀ ਰੋਟੀ ਦਾ ਹੀਲਾ ਕਰਨ ਲੱਗੀ। ਦੋਸਤੋ, ਇਹ ਸੀ ਇੱਕ ਛੋਟੀ ਜਿਹੀ ਰਚਨਾ ਜੱਸੀ ਬਰਾੜ ਦੀ ਕਲਮ ਤੋਂ। ਅਗਰ ਲਿਖਤ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰਨਾ। ਨਵੀਂ ਲਿਖਤ ਦੇ ਨਾਲ ਬਹੁਤ ਜਲਦੀ ਮਿਲਦੇ ਹਾਂ ਜੀ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।